ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸਰਦਾਰ ਇਮਾਨ ਸਿੰਘ ਮਾਨ ਨੇ SGPC ਵੱਲੋਂ 328 ਸਰੂਪਾਂ ਦੇ ਮਾਮਲੇ ਵਿੱਚ ਚੁੱਪ ਰਹਿਣ ਅਤੇ SGPC ਚੋਣਾਂ ਨਾ ਕਰਵਾਉਣ ਦੇ ਮਾਮਲੇ 'ਤੇ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ SGPC ਚੋਣਾਂ ਸਿੱਖਾਂ ਨੂੰ ਗੁਰਧਾਮਾਂ ਨਾਲ ਜੋੜਦੀਆਂ ਹਨ, ਪਰ SGPC ਚੋਣਾਂ ਲੰਮੇ ਸਮੇਂ ਤੋਂ ਨਹੀਂ ਹੋਈਆਂ, ਜਿਸ ਕਾਰਨ ਸੰਸਥਾ ਦੇ ਆਗੂ ਵੀ ਸੰਗਤਾਂ ਨੂੰ ਜਵਾਬ ਦੇ ਨਹੀਂ ਰਹੇ ਅਤੇ ਸਿੱਖ ਨੌਜਵਾਨ ਵੀ ਸਿੱਖੀ ਰਹੂ ਰੀਤਾਂ ਨੂੰ ਸਿੱਖਣ ਤੋਂ ਵਾਂਝੇ ਰਹਿ ਰਹੇ ਹਨ। ਉਹਨਾਂ ਕਿਹਾ ਕਿ 328 ਸਰੂਪਾਂ ਦੇ ਮਾਮਲੇ 'ਤੇ ਅਸੀਂ ਕਾਰਵਾਈ ਕਰਨ ਜਾ ਰਹੇ ਸੀ, ਪਰ ਅਕਾਲੀ ਆਗੂ ਬੀਬੀ ਜਗੀਰ ਕੌਰ ਵੱਲੋਂ ਸਾਨੂੰ ਰੋਕਿਆ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਸੀ ਕਿ ਉਹ ਇਸ 'ਤੇ ਕਮੇਟੀ ਮੈਂਬਰਾਂ ਨਾਲ ਚਰਚਾ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਨੋਟਿਸ ਲਿੱਤਾ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਵੀ ਦਿੱਤਾ ਹੈਗਾ ਅਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ। ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਹਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉਭਰੀ ਹੈ, ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਹੈ ਉਹ ਵੀ ਇਹਨਾਂ ਦੇ ਚਹੇਤਿਆਂ ਨੇ, ਉਹਦੀ ਗੱਲ ਇੰਨੇ ਵੱਡੇ ਪੱਧਰ 'ਤੇ ਨਹੀਂ ਆ ਰਹੀ ਹੈਗੀ। ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ CA ਜੋ ਕਿ ਸੁਖਬੀਰ ਬਾਦਲ ਦਾ ਨਿੱਜੀ CA ਵੀ ਰਿਹਾ ਔਰ ਕਰਤਾ ਔਰਬਿਟ ਬੱਸਾਂ ਦਾ PTC ਦਾ ਹੈ, ਉਸਨੂੰ ਅਪੁਆਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ SGPC ਦੇ ਖਾਤਿਆਂ ਦੀ, ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ 4 ਕੰਮ SGPC ਨੇ ਉਹਨੂੰ ਸੌਂਪੇ ਸੀਗੇ। ਪਹਿਲਾ ਇੰਟਰਨਲ ਆਡਿਟ ਪ੍ਰੀ ਅਤੇ ਕੰਕਰੰਟ ਆਡਿਟ ਔਨ ਡੇਲੀ ਬੇਸਿਸ, ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ, ਸਾਰੇ ਕੰਪਿਊਟਰਾਈਜੇਸ਼ਨ ਦਾ ਅਤੇ ਸਾਰੇ SGPC ਦੀ ਲੋਕੇਸ਼ਨਸ 'ਤੇ ਉਹਨੇ ਕੰਮ ਕਰਨਾ ਸੀਗਾ ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ। ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਅਤੇ ਬੈਲੈਂਸ ਹੋਣ, ਕੌਣ ਕਿਹੜੇ ਖਾਤੇ ਦੇਖ ਰਿਹਾ, ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ, ਅਤੇ ਔਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ। ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂ 'ਚ ਸਤਿੰਦਰਪਾਲ ਸਿੰਘ ਕੋਹਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ। 2 ਜਾਂ 3 ਦਿਨਾਂ ਲਈ ਉਹਨੇ ਉਰੇ ਹਾਜ਼ਰ ਹੋਣਾ ਸੀ ਅੰਮ੍ਰਿਤਸਰ 'ਚ ਐਜ਼ ਪਰ ਉਹਦੇ ਕੰਟਰੈਕਟ 'ਤੇ, ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ। ਕਦੀ ਵੀ ਉਹਨੇ ਫਿਜ਼ੀਕਲ ਸਟੋਪ ਆਡਿਟ ਨਹੀਂ ਕੀਤਾ। ਫਿਜ਼ੀਕਲ ਸਟੋਪ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਜਿੱਥੇ ਛਪਦੇ ਹੈ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ, ਕਾਗਜ਼ ਛਪ ਕੇ ਅੰਗ ਬਣਦੇ ਸੀ, ਅੰਗ ਜੁੜ ਕੇ ਸਰੂਪ ਬਣਦੇ ਸੀਗੇ, ਉਹਦਾ ਜਿਹੜਾ ਸਟੋਕ ਹੈ ਇਨਵੈਂਟਰੀ ਹੈ ਉਹ ਵੀ ਇਹਨਾਂ ਨੇ ਰੱਖਣੀ ਸੀ, ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ। ਅਤੇ ਜਿਹੜੀਆਂ ਵੀ ਸਰੂਪ ਦੀ ਆਵਾਜਾਵੀ ਕਿੱਥੇ ਭੇਜੇ, ਕਿੱਥੇ ਕਿਹਨੂੰ ਦਿੱਤੇ, ਉਹਦਾ ਵੀ ਆਡਿਟ ਕਰਨਾ ਸੀਗਾ। ਅਤੇ ਉਹਨੇ 10 ਸਾਲ 'ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ, ਠੀਕ ਹੈ ਨਾ ਜੀ, ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ। ਅਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ 'ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ,
ਅਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਏ, ਕੋਈ ਪ੍ਰੀ ਆਡਿਟ ਨਹੀਂ ਹੋਇਆ। ਜਿਹੜੇ ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ। ਅਤੇ 10 ਕਰੋੜ ਰੁਪਈਆ ਜਿਹੜਾ SGPC ਨੇ ਇਹਨੂੰ ਤਨਖਾਹ 'ਚ ਦਿੱਤਾ ਹੈ, ਜਦ ਕੰਮ ਹੀ ਕੋਈ ਨਹੀਂ ਕੀਤਾ, ਕਿਹਦੇ ਲਈ ਦਿੱਤਾ ਹੈਗਾ? ਇਹ ਇਕੱਲੀ ਅਸੀਂ ਨਹੀਂ ਆਵਾਜ਼ ਉਠਾ ਰਹੇ ਹੈਗੇ। ਜੇ ਤੁਸੀਂ ਆਪਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਿਮ ਕਮੇਟੀ ਨੇ ਪਾਇਆ ਹੈਗਾ। ਇਹ ਅੰਤਰਿਮ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ, ਇਹਦੇ ਤੋਂ ਪੈਸੇ ਵਾਪਸ ਲਿੱਤੇ ਜਾਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੌਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ। 1 ਸਾਲ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਅਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਹੈ। ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ। ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਸੀ ਤਿਆਰ ਕੀਤਾ ਹੋਇਆ, ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹੈ, ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ, ਇਹਦਾ ਵਾਪਸ ਲਿੱਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਿਤਾਬ ਦਿੱਤਾ ਹੈਗਾ। ਬੀਬੀ ਜਗੀਰ ਕੌਰ ਤੇ ਕਹਿਣ 'ਤੇ ਅਸੀਂ ਪਿੱਛੇ ਹਟ ਗਏ ਕਿ ਜੇ SGPC ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੋਗਨਾਈਜ਼ੈਂਸ ਲੈ ਕੇ ਕਰੂਗੀ। ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਿਲਾਫ ਹੈ, ਪਰ ਉਹਦੇ ਨਿੱਜੀ CA ਦੇ ਉੱਤੇ ਕੇਸ ਨਹੀਂ ਪਾਉਣਾ, ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ। ਜਿੱਥੇ ਇਹ ਸਾਰੀਆਂ ਕਮੀਆਂ, ਇਸ ਤੋਂ ਇਲਾਵਾ 328 ਸਰੂਪ ਦੀ ਕੋਈ ਪੜਤਾਲ ਨਹੀਂ ਹੋਈ, ਕੋਈ ਕੇਸ ਨਹੀਂ ਪਾਇਆ ਪੁਲਿਸ 'ਚ ਕਿ ਸਾਨੂੰ ਲੱਭ ਕੇ ਦੇਣ। ਬਾਰ ਬਾਰ ਅਸੀਂ ਸਿੱਖ ਜੁਡੀਸ਼ਲ ਕਮਿਸ਼ਨ 'ਚ ਜਾਈਦਾ, ਕੇਸ ਪਾਇਆ ਹੋਇਆ ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਅੰਸ ਅਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ, ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ। ਇਹ ਤਾਂ ਪੁਲਿਸ ਕੇਸ ਬਣਦਾ ਹੈਗਾ, ਅਤੇ SGPC ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ, ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ, ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ? ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ, ਉਹ ਮੁਲਾਜ਼ਮਾਂ ਦੇ ਉੱਤੇ ਕਿਉਂ ਨਹੀਂ ਲਾਈਦਾ? ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜੁਝਾਰ ਸਿੰਘ ਅਤੇ ਹੋਰ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ, ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ, ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ, ਸਾਡੀ ਚੈਕਿੰਗ, ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ। ਜੇ 71 ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਅਤੇ ਚੜ੍ਹਾਓ ਨਾ, ਤਾਂ ਅਸੀਂ ਦਿੰਦੇ ਹੁੰਦੇ ਸੀਗੇ। ਮਤਲਬ ਹੇਠਾਂ ਤੋਂ ਲੈ ਕੇ ਉੱਤੇ ਤਾਈਂ ਜੇ ਇਨਵੋਲਵਮੈਂਟ ਨਾ ਹੋਏ, ਇਹ 5 ਸਾਲ ਕਿਵੇਂ ਲੁਕੀ ਛਿਪੀ ਚੀਜ਼ ਰਹਿ ਸਕਦੀ ਹੈ? ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ SGPC ਦੀ ਹੈ, ਮੈਂਬਰਾਂ ਦੀ ਹੈ। ਔਰ ਜਿਹੜਾ ਅਕਾਲ ਤਖਤ ਸਾਹਿਬ ਹੁਣ ਤਨਖਾਹੀਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਹੈ, ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਹੈ ਉਸ ਦੀ ਵੀ ਨਿਗਾਹ ਪੈਣੀ ਚਾਹੀਦੀ ਹੈ। ਇਹਦੀ ਜੜ੍ਹ ਕੀ ਹੈ? ਹਰੇਕ ਨੂੰ ਪਤਾ ਹੈ ਕਿ ਜਮਹੂਰੀਅਤ ਇੱਕ ਸਿਸਟਮ 'ਚ
ਚਾਹੇ ਚੰਗਾ ਸੋਚ ਲਓ ਚਾਹੇ ਮਾੜਾ ਸੋਚ ਲਓ, ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲੀਟੀਸ਼ੀਅਨ ਚੁਣੇ ਹੋਏ ਨੁਮਾਇੰਦੇ ਸੰਗਤ ਨੂੰ ਹੁੰਦੇ ਹੈ ਤਾਂ ਉਹਨਾਂ ਨੂੰ ਡਰ ਹੁੰਦਾ, ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ। ਪਰ ਐਸ ਜੀ ਪੀ ਸੀ 'ਤੇ ਕੋਈ ਡਰ ਹੀ ਨਹੀਂ ਹੈ। ਕਿਉਂ? ਆਪਾਂ ਹੁਣ 18ਵਾਂ ਚੋਣ ਐਮ ਪੀ ਦਾ ਲੜਿਆ, ਮੈਂ ਖੁਦ ਲੜਿਆ 1952 'ਚ, ਪਹਿਲਾਂ ਉਰੇ ਚੋਣ ਹੋਇਆ। 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ, ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਣੇ ਪਏ ਹੈ। ਪਰ ਸਾਡੀ ਜਿਹੜੀ ਸੰਸਥਾ 1925 'ਚ ਬਣੀ ਸੀ, ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ, ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਹੈ। ਜੇ ਚੋਣ ਨਹੀਂ ਹੋਣੇ ਤਾਂ ਫਿਰ ਮਤਲਬ ਜਵਾਬ ਦੇ ਹੈ ਹੀ ਨਹੀਂ, ਇਹ ਤਾਂ ਲਿਫਾਫਿਆਂ 'ਚੋਂ ਨਿਕਲਦੇ ਹੈ। ਸੈਂਟਰ ਨੇ ਜਿਹੜੀ ਸਾਡੀ ਜਮਹੂਰੀਅਤ ਖਤਮ ਕਰਤੀ ਹੈ, ਚੋਣ ਖਤਮ ਕਰਤੇ ਹੈ, ਉਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਕਪੜਾ ਕੀਤਾ ਹੈਗਾ। 2011 'ਚ ਚੋਣ ਹੋਇਆ ਸੀ, 16 'ਚ, 21 'ਚ ਅਤੇ ਹੁਣ 26 'ਚ ਹੋਣਾ ਸੀ, ਪਰ 13 ਸਾਲ ਕੋਈ ਚੋਣ ਹੀ ਨਹੀਂ ਹੋਇਆ। ਵਰਲਡਸ ਬਿਗੈਸਟ ਡੈਮੋਕ੍ਰੇਸੀ, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਜਮਹੂਰੀਅਤ ਹੈ ਉਹ ਦੇਸ਼ ਦੀ ਨੀਂਹ ਪੱਥਰ ਹੈ, ਅਤੇ ਜਮਹੂਰੀਅਤ ਦਾ ਨੀਂਹ ਪੱਥਰ ਚੋਣ ਹੈਗੇ। ਮਤਲਬ ਨੀਹਾਂ ਦੀਆਂ ਨੀਹਾਂ ਸਿੱਖ ਕੌਮ ਦੀਆਂ ਇਸ ਦੇਸ਼ ਨੇ ਖਤਮ ਕਰਤੀਆਂ, ਇਕੱਲੇ ਸੈਂਟਰ ਦੀ ਸਰਕਾਰ ਨੇ ਨਹੀਂ, ਜਿਹੜੇ ਪੰਜਾਬ ਸਰਕਾਰ ਦਾ। ਤੁਸੀਂ ਇੱਕ ਹੋਰ ਮਤਾ ਦੇਖੋਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਕੱਤਰ ਸਾਹਿਬ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ, ਉਹਦੇ ਵਿੱਚ ਜਿਹੜੇ ਸਾਡੇ ਧਾਰਾ 87 ਆ ਲੋਕਲ ਕਮੇਟੀ ਗੁਰਦੁਆਰਾ ਹੈਗੇ, ਉਹਦੇ ਚੋਣ ਪਿਛਲੀ ਵਾਰੀ 2006 'ਚ ਹੋਏ ਹੈ। 2006 ਤੋਂ ਬਾਅਦ ਚੋਣ ਹੀ ਨਹੀਂ ਹੋਇਆ। ਮੈਂਬਰ ਰੱਬ ਨੂੰ ਪਿਆਰੇ ਹੋ ਗਏ, ਨੌਜਵਾਨ ਪੀੜ੍ਹੀਆਂ ਲੰਘ ਗਈਆਂ ਹੈਗੀਆਂ, ਗੁਰੂ ਘਰ ਦੀ ਸੰਭਾਲ ਕਰਨਾ ਕਿਸੇ ਨੂੰ ਸਿਖਾਇਆ ਹੀ ਨਹੀਂ ਹੈ। ਕਹਿੰਦੇ ਹਾਂ ਕਿ ਸਾਡਾ ਧਰਮ ਤਬਦੀਲ ਹੋ ਰਿਹਾ। ਜੇ ਧਰਮ ਤਬਦੀਲ ਹੋ ਰਿਹਾ, ਭਾਰਤ ਹੀ ਤਾਂ ਜ਼ਿੰਮੇਵਾਰ ਹੈ। ਜਦ ਚੋਣ ਨਹੀਂ ਹੋਣੇ, ਸੰਗਤ ਗੁਰੂ ਘਰ ਨਾਲ ਨਹੀਂ ਜੁੜਦੀ, ਸਾਡੀ ਆਪਸ 'ਚ ਤਾਲਮੇਲ ਨਹੀਂ ਹੁੰਦਾ, ਆਹ ਜਿਹੜੀਆਂ ਕੁੜੈਤਾਂ ਹੋ ਰਹੀਆਂ ਤਾਂ ਹੀ ਤਾਂ ਨਿਕਲ ਰਹੀਆਂ। ਭਗਵੰਤ ਮਾਨ ਜੀ ਕਹਿੰਦੇ ਹੈ ਕਿ ਮੈਂ ਪੰਜਾਬ ਸਰਕਾਰ 'ਚ ਤਬਦੀਲੀ ਲਿਆ ਰਿਹਾ, ਸਭ ਤੋਂ ਸਾਫ਼ ਸੁਥਰੀ ਸਰਕਾਰ ਲਿਆ ਰਿਹਾ। 2-3 ਵਾਰੀ ਤਾਂ ਇਹਨਾਂ ਨੂੰ ਚੁਣਿਆ ਨਹੀਂ ਗਿਆ, ਇਹ ਲੱਗੇ ਰਹੇ, ਅਤੇ ਜੇ ਅੱਜ ਇਹਨਾਂ ਨੂੰ ਸਰਕਾਰ ਹੱਥ ਆਈ ਹੈ ਅਤੇ ਸਫਾਈ ਆਪਣੀ ਕਰ ਰਹੇ ਹੈ ਤਾਂ ਫਿਰ ਇਹ ਚੋਣ ਰਾਹੀਂ ਹੋਇਆ। ਸਾਡੀ ਤਾਂ ਜਮਹੂਰੀਅਤ ਹੀ ਖਤਮ ਕਰਤੀ ਹੈ ਇਹਨਾਂ ਨੇ। ਸੋ ਇਹ ਜਿਹੜੇ ਘਪਲੇ ਹੈਗੇ ਹੈ, ਇਹਦੇ ਵਿੱਚ ਸੁਖਬੀਰ ਬਾਦਲ ਅਤੇ ਉਹਦੇ ਪਰਿਵਾਰ ਨੇ ਨਿੱਜੀ ਤੌਰ 'ਤੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਰੂ ਘਰ ਦੀ ਗੋਲਕ 'ਚੋਂ ਦਿੱਤੀਆਂ। ਉਹਨਾਂ ਨੇ ਆਪਣੇ ਕੰਮ ਘਰ ਦੇ ਕਰਾਏ ਹੈਗੇ ਹੈ, ਔਰ ਜਿਹੜਾ ਕੰਮ ਜਿਹੜਾ ਕੰਟਰੈਕਟ ਸੀਗਾ ਉਹ ਇਹਨਾਂ ਨੇ ਨਿਭਾਇਆ ਨਹੀਂ ਹੈਗਾ। ਇਹਦੇ ਉੱਤੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕੇਸ ਲਾਊਂ, ਲੌਂਗੋਵਾਲ ਸਾਹਿਬ ਨੇ ਕਿਹਾ, ਧਾਮੀ ਸਾਹਿਬ ਦੇ ਸਾਹਮਣੇ ਮਤਾ ਪਿਆ ਹੈਗਾ, ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ। ਜਿਸ ਕਰਕੇ ਅਸੀਂ ਅੱਜ ਆਪ ਜੀ ਦੇ ਸਾਹਮਣੇ ਇਹਨੂੰ ਲੈ ਕੇ ਆ ਰਹੇ ਹਾਂ, ਅੰਤਰਿਮ ਕਮੇਟੀ ਦਾ ਮਤਾ ਤੁਹਾਨੂੰ ਦੇ ਰਹੇ ਹਾਂ, ਜਿਹਦੇ ਵਿੱਚ ਇਸ ਤੋਂ ਪੈਸੇ ਮੰਗੇ ਹੈ, ਜੋ ਇਹਦੇ ਬਰਖਿਲਾਫ਼ ਅਸੀਂ ਕੇਸ ਸਮਝਦੇ ਹਾਂ ਉਹਦੀ ਇੱਕ ਕਾਪੀ ਤੁਹਾਨੂੰ ਦਿੱਤੀ ਹੋਈ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਹੜੇ ਚੋਣ 2006 ਤੋਂ ਨਹੀਂ ਹੋਏ ਉਹ ਐਸ ਜੀ ਪੀ ਸੀ ਵੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ, ਔਰ ਜਿਹੜਾ ਆਪਣਾ ਭਗਵੰਤ ਮਾਨ ਹੈ ਉਹ ਇਹ ਚੋਣ ਕਰਾ ਨਹੀਂ ਰਿਹਾ ਹੈਗਾ। ਸੋ ਸਿੱਖਾਂ ਦਾ ਇਹ ਸਰਮੌਰ ਸੰਸਥਾ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ।
ਇਹਦੇ ਉੱਤੇ ਫਿਰ ਸਰ ਸਿਮਰਨਜੀਤ ਸਿੰਘ ਮਾਨ ਅੱਗੇ ਗੱਲ ਕਰ ਬਣਾਏ ਹੈ। ਇਹ ਖੁਸ਼ਦੀਪ ਸਿੰਘ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਹੈ ਬੜੀ ਮਿਹਨਤ ਦੇ ਨਾਲ ਬਣਾਏ ਹੈ। ਅਸੀਂ ਚੰਡੀਗੜ੍ਹ ਖੋੜੀ ਸਾਹਿਬ ਦੇ ਘਰ ਦੇ ਵਿੱਚ ਗਏ ਸੀਗੇ ਪਰ ਖੋੜੀ ਸਾਹਿਬ ਹੈ ਨਹੀਂ ਸੀ ਅਤੇ ਦਸਤਾਵੇਜ਼ ਉਹਨਾਂ ਦੇ ਘਰ ਵਾਲਿਆਂ ਨੂੰ ਦੇ ਕੇ ਆਏ ਹੈ ਪਰ ਅਜੇ ਤੱਕ ਕੋਈ ਜਵਾਬ ਸਾਨੂੰ ਮਿਲਦਾ ਨਹੀਂ। ਜਦਕਿ ਐਸ ਟੀ ਪੀ ਸੀ ਨੇ ਖੁਦ ਕਹਿਤਾ ਕਿ ਅਸੀਂ ਮਤਾ ਪਾਇਆ ਹੋਇਆ ਕਿ ਇਹ ਪੈਸੇ ਵਾਪਸ ਕਰਨ ਅਤੇ ਇਹਨਾਂ ਦੇ ਉੱਤੇ ਐਕਸ਼ਨ ਹੋਵੇ, ਉਹ ਵੀ ਐਸ ਟੀ ਪੀ ਸੀ ਨੇ ਕਦੇ ਕੀਤਾ ਨਹੀਂ। ਸੋ ਮੇਰਾ ਮਤਲਬ ਹੈ ਇਹ ਦੋਨੋਂ ਮਿਲ ਚੁੱਕੇ ਹੈ, ਸਿਆਸਤਦਾਨ ਵੀ ਅਤੇ ਐਸ ਟੀ ਪੀ ਸੀ, ਇਹ ਸਾਰੀ ਇੱਕ ਹੋ ਗਈ ਹੈ। ਹੁਣ ਜਿਹੜੇ 87 ਦਫਾ ਦੇ ਗੁਰਦੁਆਰੇ ਹੈ, ਜੇ ਪੰਜਾਬ ਸਰਕਾਰ ਉਹਨਾਂ ਦੇ ਇਲੈਕਸ਼ਨ ਕਰਾ ਸਕਦੀ ਹੈ ਤਾਂ ਫਿਰ ਇਹ ਕਿਉਂ ਨਹੀਂ ਕਰਵਾਉਂਦੀ? ਅਤੇ ਜੇ ਸੈਂਟਰ ਗੌਰਮੈਂਟ ਦੀ ਰਿਸਪੋਂਸੀਬਿਲਿਟੀ ਹੈ ਕਿ ਐਸ ਟੀ ਪੀ ਸੀ ਦੇ ਇਲੈਕਸ਼ਨ ਕਰਾਓ, ਫਿਰ ਉਹ ਕਿਉਂ ਨਹੀਂ ਕਰਾ ਰਹੀ? ਗੱਲ ਇਹ ਹੈ ਕਿ ਸਿੱਖ ਧਰਮ ਨੂੰ ਹੌਲੀ ਹੌਲੀ ਇਹ ਤੋੜਨਾ ਚਾਹੁੰਦੇ ਹੈ। ਮੈਂ ਚੰਗਾ ਤਾਂ ਨਹੀਂ ਲੱਗਦਾ ਹੈਗਾ ਪਰ ਮੈਂ ਹਿਸਟਰੀ ਦਾ ਸਟੂਡੈਂਟ ਹੈ, ਗੋਲਡ ਮੈਡਲਿਸਟ ਹੈ, ਮੈਂ ਸਾਰੀ ਹਿਸਟਰੀ ਧਰਮਾਂ ਦੀ ਪੜ੍ਹੀ ਹੈ। ਗੱਲ ਇਹ ਹੈ ਕਿ ਹਿੰਦੂਵਾਦ ਨੇ ਅੱਜ ਤੱਕ ਜਿਹੜਾ ਵੀ ਹੋਰ ਧਰਮ ਇੱਥੇ ਜੰਮਿਆ ਉਸ ਨੂੰ ਪੈਦਾ ਨਹੀਂ ਹੋਣ ਦਿੱਤਾ। ਬੇਸ਼ੱਕ ਬੁੱਧ ਧਰਮ ਹੋਵੇ, ਉਸ ਨੂੰ ਸ਼ੰਕਰਾਚਾਰੀਆ ਜੀ ਨੇ ਤਲਵਾਰ ਦੀ ਨੋਕ ਦੇ ਨਾਲ ਉਹਨਾਂ ਦੇ ਜਿਹੜੇ ਮੱਠ ਸੀਗੇ ਉਹ ਤੋੜਤੇ, ਨਲੰਦਾ ਦੀ ਯੂਨੀਵਰਸਿਟੀ ਖਤਮ ਕਰਤੀ, ਉਹਨਾਂ ਦੇ ਮੱਠ ਤੋੜਤੇ। ਅੱਜ ਬੁੱਧ ਧਰਮ ਤੁਹਾਨੂੰ ਇੰਡੀਆ ਦੀ ਧਰਤੀ 'ਤੇ ਨਹੀਂ ਮਿਲਦਾ, ਇਹ ਚਲਿਆ ਗਿਆ ਤਿੱਬਤ ਦੇ ਵਿੱਚ, ਚੀਨ ਦੇ ਵਿੱਚ, ਬਰਮਾ 'ਚ, ਲੰਕਾ 'ਚ ਅਤੇ ਸਾਊਥ ਈਸਟ ਏਸ਼ੀਆ ਦੇ ਵਿੱਚ। ਇਹਦੀ ਪੈਦਾਇਸ਼ ਸਾਡੇ ਇੰਡੀਆ 'ਚ ਹੋਈ ਹੈ, ਫਿਰ ਜੈਨ ਧਰਮ ਦੀ ਪੈਦਾਇਸ਼ ਇੰਡੀਆ ਦੇ ਵਿੱਚ ਹੋਈ ਹੈ, ਇਸ ਦੇ ਮਗਰ ਵੀ ਸ਼ੰਕਰਾਚਾਰੀਆ ਪਿਆ ਸੀ। ਪਰ ਜੈਨੀਆਂ ਨੇ ਕਿਹਾ ਕਿ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਤਾਂ ਕਰ ਲਓ। ਫਿਰ ਹਿੰਦੂ ਧਰਮ ਦੇ ਮੋਹਤਬੇਰਾਂ ਨੇ ਗੱਲਬਾਤ ਕੀਤੀ ਅਤੇ ਫੈਸਲਾ ਇਹ ਹੋਇਆ ਕਿ ਹਿੰਦੂ ਧਰਮ ਦੇ ਬੁੱਤ ਅਤੇ ਮੂਰਤੀਆਂ ਜੈਨ ਧਰਮ ਦੇ ਮੰਦਰਾਂ ਦੇ ਵਿੱਚ ਰੱਖੀਆਂ ਜਾਣਗੀਆਂ। ਇਸ ਕਰਕੇ ਇਹ ਫੈਸਲਾ ਕਰਕੇ ਇਹ ਬਚ ਗਿਆ। ਤੀਜਾ ਧਰਮ ਹੈ ਇਸਲਾਮ। ਆਪਾਂ ਕਹਿੰਦੇ ਹਾਂ ਕਿ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਤੇ, ਨਹੀਂ ਟੁਕੜੇ ਕੀਤੇ, ਟੁਕੜੇ ਕੀਤੇ ਹੈ ਪੰਜਾਬ ਦੇ। ਪੰਜਾਬ ਦੇ ਲਹਿੰਦੇ ਵਾਲੇ ਪਾਸੇ 'ਤੇ ਮੁਸਲਮਾਨਾਂ ਨੂੰ ਦੇ ਤਾ, ਇੱਧਰਲਾ ਪਾਸਾ ਆਪ ਰੱਖ ਲਿਆ, ਸਿੱਖਾਂ ਨੂੰ ਅਤੇ ਹਿੰਦੂਆਂ ਨੂੰ ਉੱਥੋਂ ਉਜਾੜਤਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇਸਲਾਮਿਕ ਧਰਮ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ। ਅੱਜ ਜੇ ਤੁਸੀਂ ਅਸੀਂ ਮੰਗ ਲਈਏ ਕਿ ਬਾਰਡਰ ਖੋਲ੍ਹ ਦਿਓ ਟ੍ਰੇਡ ਦੇ ਲਈ, ਸਾਨੂੰ ਉੱਤਰ ਬਹੁਤ ਬਹੁਤ ਘੰਟੀ ਵਾਲੇ ਦਿੰਦੇ ਹੈ, ਗਿਣਤੀ ਵਾਲੇ ਦਿੰਦੇ ਹੈ ਕਿ ਜੀ ਇੱਧਰ ਤੋਂ ਟੈਰਰਿਜ਼ਮ ਆ ਜਾਏਗੀ। ਹੁਣ ਟੈਰਰਿਜ਼ਮ ਤਾਂ ਚੀਨ ਨੇ ਕੀਤੀ ਹੈ,
1962 ਦੇ ਵਿੱਚ ਇੰਡੀਆ ਦੇ ਲਦਾਖ ਦੇ 40,000 ਸਕੁਏਅਰ ਕਿਲੋਮੀਟਰ ਚੀਨ ਨੇ ਫਤਿਹ ਕਰ ਲਏ ਹੈ। 2020 ਦੇ ਵਿੱਚ ਅਤੇ 2022 ਦੇ ਵਿੱਚ 8,000 ਸਕੁਏਅਰ ਕਿਲੋਮੀਟਰ ਹੋਰ ਚੀਨ ਨੇ ਦੱਬ ਲਏ। ਪਾਕਿਸਤਾਨ ਨੇ ਤਾਂ ਕੋਈ ਨਹੀਂ ਇਹ ਦੱਬਿਆ। ਫਿਰ ਕਹਿੰਦੀ ਹੈ ਕਿ ਜੀ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਪਾਕਿਸਤਾਨ ਕਰ ਰਿਹਾ। ਚਲੋ ਅਸੀਂ ਕਹਿੰਦੇ ਹਾਂ ਕਰਦਾ ਹੈ, ਪਰ ਅਸੀਂ ਉੱਥੇ ਨਹੀਂ ਕਰਦੇ। ਜਿਹੜੀ ਨਵੀਂ ਸਰਕਾਰ ਹੈ ਮੋਦੀ ਸਾਹਿਬ ਦੀ ਅਤੇ ਇਹਨਾਂ ਦੀ ਸਿਕਿਉਰਿਟੀ ਦੀ ਕਮੇਟੀ ਹੈ, ਇਸ ਨੇ ਮਤਾ ਨਹੀਂ ਪਾਸ ਕੀਤਾ ਕਿ ਸਿੱਖ ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਐਕਸੀਕਿਊਟ ਕੀਤਾ ਜਾਵੇ, ਉਹਨਾਂ ਨੂੰ ਗੋਲੀ ਮਾਰੀ ਜਾਵੇ। ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦਾ ਹੈ ਅਤੇ ਇੰਡੀਆ ਨੇ ਪਰਮਜੀਤ ਸਿੰਘ ਪੰਜਵਾੜ ਅਤੇ ਦੂਸਰਾ ਇਹ ਲਖਬੀਰ ਸਿੰਘ ਰੋਡੇ ਨੂੰ ਨਹੀਂ ਮਾਰਿਆ, ਮਾਰਤਾ ਹੈ। ਫਿਰ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਮੋਦੀ ਨੇ ਕਤਲ ਕੀਤੀ ਹੈ ਹਰਦੀਪ ਸਿੰਘ ਨਿੱਜਲ, ਰਿਪੂਦਮਨ ਸਿੰਘ ਮਲਕ ਅਤੇ ਸੁਖਦੂਲ ਸਿੰਘ। ਅਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ। ਮੇਰਾ ਮਤਲਬ ਹੈ ਕਿ ਇਹ ਜਿਹੜੀ ਨਵੀਂ ਪੋਲਿਸੀ ਹਿੰਦੁੱਤਵ ਨੇ, ਮੋਦੀ ਨੇ, ਆਰਐਸਐਸ ਨੇ ਸ਼ੁਰੂ ਕੀਤੀ ਹੈ, ਇਹਦਾ ਜਵਾਬ ਕੌਣ ਦੇਊਗਾ? ਇਹਦਾ ਅਸਰ ਕੀ ਹੈ ਕਿ ਜਿਹੜਾ ਪੰਨੂ ਹੈ ਉਹਨੂੰ ਵੀ ਪਲੈਨ ਬਣਾ ਲਈ ਕਿ ਉਹਨੂੰ ਵੀ ਮਾਰ ਦੇਣਾ, ਪਰ ਅਮੈਰੀਕਾ ਦੀ ਇੰਟੈਲੀਜੈਂਸ ਏਜੰਸੀ ਇੱਡੀ ਤਕੜੀ ਹੈ, ਉਹਨਾਂ ਨੇ ਸਾਰੀ ਸਕੀਮ ਰੱਦ ਕਰਤੀ ਅਤੇ ਜਿਹੜੇ ਬੰਦੇ ਨੇ ਉੱਥੇ ਜਾ ਕੇ ਬੰਦੇ ਲੱਭਣੇ ਸੀਗੇ ਪੰਨੂ ਨੂੰ ਮਾਰਨ ਦੇ ਲਈ, ਉਹ ਬੰਦਾ ਫੜ ਕੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਗੁਪਤਾ ਸਾਹਿਬ ਉੱਥੇ ਖੜ੍ਹੇ ਹੋਏ ਹੈ। ਅਤੇ ਇੰਡੀਆ ਨੇ ਕਿਹਾ ਅਸੀਂ ਤਫਤੀਸ਼ ਕਰਕੇ ਦੱਸਾਂਗੇ ਕਿ ਇਹ ਸਾਡੇ ਵਿੱਚੋਂ ਕਿਹਨੇ ਕੀਤਾ ਕੀਤਾ ਕਿ ਜਿਹੜੀ ਕਮੇਟੀ ਔਨ ਸਿਕਿਉਰਿਟੀ ਹੈ ਕੈਬਨਿਟ ਦੀ, ਉਹਦੇ ਵਿੱਚ ਮਤਾ ਪਾਸ ਹੋਇਆ ਅਤੇ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਅਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈ, ਬਾਹਰ ਦੇ ਮੁਲਕਾਂ ਦਾ ਮਿਨਿਸਟਰ ਜੈਰ ਸ਼ੰਕਰ ਜੀ ਨੇ ਅਤੇ ਨੈਸ਼ਨਲ ਸਿਕਿਉਰਿਟੀ ਦਾ ਮੋਤ ਬੇਰ ਗੋਇਲ ਸਾਹਿਬ ਹੈ ਅਤੇ ਰੋ ਦਾ ਬੰਦਾ ਹੈਗਾ ਇਹ ਰਵੀ ਸਿਨਹਾ ਜੀ ਹੈ, ਸਾਬਕਾ ਰੋ ਦਾ ਮੁਖੀ ਜਿਹਨੇ ਸ਼ੁਰੂ ਕੀਤਾ, ਉਹ ਗੁਰਦਾਸਪੁਰ ਦਾ ਸਾਡਾ SSP ਰਿਹਾ ਜਿਹਨੇ ਮਾਰੇ ਆ ਉਸ ਵੇਲੇ ਲੋਕ, ਇਹਦਾ ਨਾਂ ਹੈਗਾ ਸੁਮਤ ਗੋਇਲ ਅਤੇ ਸਮਤ ਗੋਇਲ। ਹੁਣ ਮੇਰਾ ਮਤਲਬ ਹੈ ਜਦੋਂ ਸੈਂਟਰ ਦੀ ਸਰਕਾਰ ਸਿੱਖਾਂ ਨੂੰ ਇੱਥੇ ਵੀ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ, ਮੂਸੇਵਾਲ ਨੂੰ ਮਰਵਾਤਾ ਪੰਜਾਬ ਦੇ ਵਿੱਚ, ਅਤੇ ਫਿਰ ਮੇਰਾ ਮਤਲਬ ਹੈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਹਿੰਦ ਦੀ ਸਰਕਾਰ ਕਾਨੂੰਨ ਅਤੇ ਕੌਂਸਟੀਟਿਊਸ਼ਨ ਦੇ ਮੁਤਾਬਕ ਚੱਲ ਰਹੀ ਹੈ। ਹੁਣ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਕਿ ਜਿਹੜਾ ਵੀ ਸਾਡੇ
ਮਿੱਤਰ ਵਾਲੇ ਦੇਸ਼ਾਂ ਦੇ ਨਾਲ ਦੁਸ਼ਮਣੀ ਪਾਊਗਾ ਉਹਦੇ 'ਤੇ ਫੌਜਦਾਰੀ ਹੋਊਗੀ। ਫਿਰ ਮੋਦੀ ਸਰਕਾਰ ਨੇ ਅਮੈਰੀਕਾ ਦੀ ਸੋਵਰੇਨਿਟੀ ਉੱਥੇ ਕੋਸ਼ਿਸ਼ ਕਰਕੇ ਉਸ ਪੰਨੂ ਨੂੰ ਮਰਾਉਣ ਦੀ, ਉਹਦੀ ਬਾਦਸ਼ਾਹੀ ਨਹੀਂ ਤੋੜੀ, ਬਰਤਾਨੀਆ ਦੀ ਬਾਦਸ਼ਾਹੀ ਨਹੀਂ ਤੋੜੀ, ਪਾਕਿਸਤਾਨ ਦੀ ਅਤੇ ਕੈਨੇਡਾ ਦੀ ਬਾਦਸ਼ਾਹੀ ਨਹੀਂ ਤੋੜੀ। ਫਿਰ ਇਹਨਾਂ ਦੇ ਉੱਤੇ ਉਹ ਜੁਰਮ ਲੱਗਦਾ ਹੈ ਕਿ ਨਹੀਂ ਲੱਗਦਾ, ਇਹ ਸਾਰਾ ਅੰਮ੍ਰਿਤਸਰ ਦੀ ਪ੍ਰੈਸ ਨੂੰ ਸਾਨੂੰ ਦੱਸਣਾ ਪਊਗਾ ਕਿ ਜਿਹੜੇ ਜ਼ੁਲਮ ਇਹਨਾਂ ਨੇ ਕੀਤੇ ਹੈ ਅਮਰੀਕਾ ਦੀ ਸਾਰਿਆਂ ਦੀ ਬਾਦਸ਼ਾਹੀ ਸੋਵਰੇਨਿਟੀ ਤੋੜ ਕੇ, ਔਰ ਫਿਰ ਅਮੈਰੀਕਾ ਦੀ ਜਿਹੜੀ ਮਨਰੋ ਡਾਕਟਰੀਨ ਹੈ ਉਸ ਨੂੰ ਵੀ ਤੋੜਤਾ। ਤਾਂ ਫਿਰ ਹੁਣ ਰਾਜਨਾਥ ਸਿੰਘ ਗਏ ਸੀਗੇ ਅਮੈਰੀਕਾ ਕਿ ਨਵੇਂ ਹਵਾਈ ਜਹਾਜ਼ਾਂ ਦੇ ਇੰਜਣ ਲੈ ਕੇ ਆਈਏ। ਅਸੀਂ ਅਮੈਰੀਕਾ ਦੇ ਸੈਨੇਟਰਸ ਕਾਂਗਰਸਮੈਨ ਨੂੰ ਲਿਖਤਾ ਕਿ ਜਿਹੜੇ ਦੇਸ਼ ਨੇ ਤੁਹਾਡੀ ਬਾਦਸ਼ਾਹੀ ਅਤੇ ਮਨਰੋ ਡਾਕਟਰੀਨ ਤੋੜਤੀ ਹੈ ਇਹਨਾਂ ਨੂੰ ਤੁਸੀਂ ਹਵਾਈ ਜਹਾਜ਼ਾਂ ਦੇ ਇੰਜਣ ਦਿਓਗੇ। ਰਾਜਨਾਥ ਸਿੰਘ ਜੀ ਠੂਠਾ ਲੈ ਕੇ ਵਾਪਸ ਆਏ ਹੈ। ਮੇਰਾ ਮਤਲਬ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿੱਖਾਂ ਦੀ ਸਿਆਸਤ ਸਿਰਫ ਅਤੇ ਸਿਰਫ ਪੰਜਾਬ ਦਾ ਬਾਰਡਰ ਨਹੀਂ ਟੱਪਦੀ, ਇਹ ਸਾਰੇ ਪਾਸੇ ਅੱਜ ਸਾਡੀ ਸਿਆਸਤ ਬਾਰਡਰਾਂ ਨੂੰ ਤੋੜ ਕੇ ਅੱਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਕਿਉਂ ਕਰਕੇ ਇੱਥੇ ਜਿਹੜੀ ਸਿੱਖਾਂ ਦੀ ਹਿਜਰਤ ਹੋਈ ਹੈ, ਜਿਹੜੀ 1984 ਦੇ ਵਿੱਚ ਨਸਲਕੁਸ਼ੀ ਹੋਈ ਹੈ, 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤੇ ਗਏ ਹੈ, ਇਸ ਨੇ ਹਿਜਰਤ ਕਰਤੀ ਹੈ ਸਿੱਖਾਂ ਦੀ। ਅੱਜ ਸਾਰੇ ਵੈਸਟਰਨ ਡੈਮੋਕਰੇਸੀ ਦੇ ਵਿੱਚ ਸਿੱਖ ਚਲੇ ਗਏ ਹੈ। ਹੁਣ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿ ਚੁਣ ਚੁਣ ਕੇ ਸਿੱਖਾਂ ਨੂੰ ਮਾਰੋ। ਜੇ ਮਾਰਨਾ ਹੈ ਅਸੀਂ ਤਿਆਰ ਹੈ, ਅਸੀਂ ਲਿਸਟ ਬਣਾਉਂਦੇ ਹਾਂ ਕਿ ਮੋਦੀ ਜੀ ਦੱਸੋ ਕਿਹੜੇ ਦਿਨ ਤੁਹਾਡੇ ਘਰ ਆਈਏ ਅਤੇ ਤੁਸੀਂ ਮਾਰੋ ਸਾਨੂੰ ਗੋਲੀ। ਅਤੇ ਇਸ ਤਰ੍ਹਾਂ ਮੇਰਾ ਮਤਲਬ ਦਿਨ ਐਵੇਂ ਬਤੀਤ ਕਰੀ ਜਾਣੇ ਕਿ ਅੱਜ ਵੱਜੂਗੀ ਗੋਲੀ, ਕੱਲ੍ਹ ਵੱਜੂਗੀ, ਉਹ ਤੁਸੀਂ ਅੱਜ ਹੀ ਮਾਰ ਦਿਓ ਗੋਲੀ ਸਾਨੂੰ। ਮੇਰਾ ਮਤਲਬ ਆ ਕੋਈ ਸਿਕਿਉਰਿਟੀ ਹੈ ਸਿੱਖਾਂ ਦੀ? ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ, ਪਹਿਲਾਂ ਸਾਡਾ ਪੰਜਾਬ ਤੋੜਤਾ, ਫਿਰ ਪੰਜਾਬੀ ਸੂਬਾ ਟੁਕੜੇ ਟੁਕੜੇ ਕਰਤੇ, ਦੇਤੇ ਹਿਮਾਚਲ ਦੇ ਵਿੱਚੋਂ ਕੱਢ ਤੇ ਪੰਜਾਬੀ ਏਰੀਆਸ, ਰਾਜਸਥਾਨ 'ਚੋਂ ਨਹੀਂ ਦਿੱਤੇ, ਹਰਿਆਣੇ 'ਚੋਂ ਨਹੀਂ ਦਿੱਤੇ, ਅਤੇ ਛੋਟਾ ਜਿਹਾ ਸਾਨੂੰ ਪੰਜਾਬ ਦੇ ਤਾ। ਤਾਂ ਮੇਰਾ ਮਤਲਬ ਇਸ ਤਰ੍ਹਾਂ ਸਿੱਖ ਕੌਮ ਕਿਵੇਂ ਤੁਹਾਡੇ ਇੰਡੀਆ ਦੇ ਨਾਲ ਰਹਿ ਸਕਦੀ ਹੈ? ਸੋ ਸਵਾਲ ਇਹ ਪੈਦਾ ਹੁੰਦੇ ਹੈ ਕਿ ਸਿੱਖਾਂ ਦਾ ਕਸੂਰ ਕੋਈ ਨਹੀਂ, ਇਹ ਹਿੰਦੁੱਤਵਾਂ ਨੇ ਦੂਜੇ ਧਰਮ ਨੂੰ ਕਦੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੰਮਣ ਨਹੀਂ ਦਿੱਤਾ, ਨਾ ਵਸਣ ਦਿੱਤਾ। ਜੇ ਮੈਂ ਕੋਈ ਗੱਲ ਗਲਤ ਕਰਤੀ ਹੈ, ਤੁਸੀਂ ਚੈਲੇਂਜ ਕਰ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਤੂੰ ਗਲਤ ਕਹਿ ਰਿਹਾ ਕਿ ਬੁੱਧ ਧਰਮ ਵੀ ਚੱਲਿਆ, ਜੈਨੀ ਵੀ ਚੱਲੇ ਹੈ, ਇਸਲਾਮ ਵੀ ਚੱਲਿਆ, ਸਿੱਖ ਵੀ ਚੱਲੇ ਹੈ। ਦੱਸੋ ਮੈਨੂੰ ਜਿਹੜੇ ਧਰਮ ਨੂੰ ਹਿੰਦੁੱਤਵਾਂ ਨੇ ਚੱਲਣ ਦਿੱਤਾ ਹੋਵੇ ਇਸ ਧਰਤੀ 'ਤੇ। ਦੇਖੋ ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਜਦੋਂ ਬਲੂ ਸਟਾਰ ਹੋਇਆ, ਇਹ ਇੰਡੀਆ ਦੀ ਨੈਸ਼ਨਲ ਪੋਲਿਸੀ, ਇਹਨੂੰ ਕਹਿੰਦੇ ਆ ਕਿ ਨੈਸ਼ਨਲ ਪੋਲਿਸੀ ਦੇ ਤਹਿਤ ਹੋਇਆ। ਇਸ ਕਰਕੇ ਵਾਜਪਾਈ ਸਾਹਿਬ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ, ਅਤੇ ਅਡਵਾਨੀ ਸਾਹਿਬ ਨੇ ਕਿਹਾ 6 ਮਹੀਨੇ ਇਹ ਓਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ।
ਆਹੀ ਜਿਹੜੇ ਕਤਲ ਹੋਏ ਹੈ, ਮੈਂ ਐਸ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਦੇ ਹੈ ਕਿ ਇਹ ਸਿੱਖ ਮਾਰੇ ਹੈ ਮੋਦੀ ਸਰਕਾਰ ਨੇ। ਫਿਰ ਮੈਂ ਬੀਬੀ ਸੋਨੀਆ ਗਾਂਧੀ ਕੋਲ ਗਿਆ, ਨਾਲ ਬੈਠੀ ਸੀਗੀ, ਮੈਂ ਕਿਹਾ ਸੋਨੀਆ ਇਹ ਆਪਣੇ ਓਪੋਜੀਸ਼ਨ ਹੈ, ਇਹ ਮੁੱਦਾ ਚੱਕਣਾ। ਬੀਬੀ ਸੋਨੀਆ ਕਹਿੰਦੇ ਅਸੀਂ ਚੱਕ ਦਿੰਦੇ ਹਾਂ। ਨਾਲ ਬੈਠੇ ਸੀ ਲੀਡਰ ਆਫ ਦੀ ਓਪੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਦੇ, ਉਹਨਾਂ ਕੋਲ ਗਿਆ, ਉਹ ਕਹਿੰਦੇ ਹਮ ਉਠਾ ਦਿੱਤੇ ਹੈ। ਫਿਰ ਇੱਕ ਸਿਆਣੇ ਕਾਂਗਰਸਮੈਨ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਆਪ ਬਾਹਰ ਆਓ ਗੈਲਰੀ ਮੈਂ। ਉਹਨੇ ਮੈਨੂੰ ਦੱਸਿਆ ਸਾਫ ਕਿ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਇਹ ਇੰਡੀਆ ਦੀ ਨੈਸ਼ਨਲ ਪੋਲਿਸੀ ਹੈ, ਅਸੀਂ ਨੈਸ਼ਨਲ ਪੋਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ। ਹੁਣ ਜੇ ਸਿੱਖਾਂ ਨੂੰ ਮਾਰਨ ਦੀ ਇੰਡੀਆ ਦੀ ਨੈਸ਼ਨਲ ਪੋਲਿਸੀ ਹੈ, ਦੋਨੋਂ ਵੱਡੀਆਂ ਪਾਰਟੀਆਂ ਕਹਿੰਦੀਆਂ ਹੈ, ਤਾਂ ਫਿਰ ਸਾਡਾ ਬਚਾਓ ਕਿੱਥੇ ਹੋ ਸਕਦਾ? ਜੇ ਕਾਂਗਰਸ ਨੈਸ਼ਨਲ ਪਾਰਟੀ ਕਰਕੇ ਗੱਲ ਹੀ ਨਹੀਂ ਕਰਨਾ ਚਾਹੁੰਦੀ, ਤਾਂ ਮੇਰਾ ਮਤਲਬ ਸਾਡੇ ਸਿੱਖਾਂ ਦੇ ਦਿਮਾਗ ਦੇ ਵਿੱਚ ਜਿਹੜੇ ਕਹਿੰਦੇ ਹੈ ਕਿ ਗ੍ਰੇ ਮੈਟਰ ਹੁੰਦਾ ਉਹ ਖਤਮ ਹੋ ਗਿਆ, ਉਸੇ ਕਾਂਗਰਸ ਪਾਰਟੀ ਦੇ 7 MP ਆਪਾਂ ਜਿਤਾ ਕੇ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਭੇਜਦੇ ਹੈ। ਹੁਣ ਸਿੱਖ ਕੌਮ ਅਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ? ਕੋਈ ਨਹੀਂ ਕਰਦਾ। ਸੋ ਮੇਰਾ ਮਤਲਬ ਅਸੀਂ ਕਿੱਥੇ ਜਾਈਏ? ਤੁਹਾਡੀ ਗੱਲ ਠੀਕ ਹੈ, ਉੱਥੇ ਜਾ ਕੇ ਕਹਿਤਾ ਉਹਨੇ। ਉਹ ਦਿੱਤੀ ਹੈ ਜੀ, ਸਿੱਖਾਂ ਨੇ ਪਾਈ ਹੈ, ਪਰ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਅਤੇ ਵੋਟ ਇਹ ਕਦੇ ਆਪਣੇ ਜਿੰਨੇ ਦਰਬਾਰ ਸਾਹਿਬ 'ਤੇ ਹਮਲੇ ਕੀਤੇ ਹੋਣ 1984 6 June ਨੂੰ 4 ਨੂੰ ਵੋਟਾਂ ਪੈਣ ਅਤੇ ਉਹੀ ਸਿੱਖ ਕਾਂਗਰਸ ਨੂੰ ਵੋਟਾਂ ਪਾ ਦੇਣ, ਫਿਰ ਇਹ ਗੁਲਾਮੀ ਦੀ ਨਿਸ਼ਾਨੀ ਹੈ। ਮੈਂ ਤਾਂ ਮੰਨਦਾ ਕਿ ਇਹ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਸਾਡੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਹੈ। ਮੈਂ ਕਹਿੰਦਾ ਕਮਜ਼ੋਰੀ ਹੈ, ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ। ਉਹ ਉਸ ਦੀ ਗੱਲ ਕਰਦਾ, ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਹੈ ਕੈਨੇਡਾ ਦੇ ਵਿੱਚ, ਫਿਰ ਇਹ ਪਾਕਿਸਤਾਨ ਦੇ ਵਿੱਚ, UK 'ਚ, ਅਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮੈਰੀਕਾ ਦੇ ਵਿੱਚ। ਨਹੀਂ ਫਿਰ ਰਾਹੁਲ ਗਾਂਧੀ ਦੀ ਮਾਂ ਕਿਉਂ ਨਹੀਂ ਬੋਲੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ? ਮੈਂ ਕਿਹਾ ਗੱਲ ਕਰੀਏ। ਉਹ ਨਹੀਂ ਮੈਂ ਦੱਸੂ, ਉਹ ਮੇਰੇ ਨਾਲ ਸੀਕ੍ਰੇਟ ਗੱਲ ਕੀਤੀ ਹੈ ਸੀਨੀਅਰ ਨੇ, ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮਾਫ ਹੋ ਨਹੀਂ ਜੀ ਸਕਦੇ, ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਹੈ, ਆਮ ਪਾਰਟੀ ਦੇ 92 MLA ਹੋ ਗਏ ਹੈ ਅਤੇ ਉਹਨਾਂ ਦਾ ਸਿਰਫ 1 MP ਬਣਿਆ ਸਾਰੇ ਪੰਜਾਬ 'ਚ,
ਤੇ ਹੁਣ ਉਹ ਕਹਿ ਕੀ ਹੋਰ ਸਕਦੇ ਆ। ਉਹਨਾਂ ਨੇ ਸਾਰਿਆਂ ਨੇ ਖਾਧਾ ਪੀਤਾ ਇਕੱਠਾ, ਸਾਰਾ ਕੁਛ ਇਕੱਠਾ ਕੀਤਾ, ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਹੈ। ਦੇ ਆਰ ਆਲ ਰਿਸਪੋਂਸੀਬਲ। ਜਿਹੜੀ ਕੈਬਨਿਟ ਹੁੰਦੀ ਹੈ ਉਹਦੀ ਜੁਆਇੰਟ ਰਿਸਪੋਂਸੀਬਿਲਿਟੀ ਹੁੰਦੀ ਹੈ। ਕੈਬਨਿਟ ਦੇ ਵਿੱਚ ਰਹਿ ਕੇ ਖਾ ਪੀ ਕੇ ਬਾਅਦ ਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਹੈ, ਅਸੀਂ ਬੇਗਨਾ ਹੈਗੇ ਹੈ। ਆਹ ਜਿਹੜੇ ਸਿੱਖ ਮਾਰੇ ਹੈ ਇਹਦੇ ਵਿੱਚ ਮੈਂ ਲਿਸਟ ਪੜ੍ਹਤੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਹੈ, ਸਿਰਫ ਮੋਦੀ ਨਹੀਂ ਹੈ। ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ, ਰਾਜਨਾਥ ਸਿੰਘ ਹੈ, ਅਮਿਤ ਸ਼ਾਹ ਹੈ, ਜੈਸ਼ੰਕਰ ਹੈ, ਡੋਇਲ ਹੈ, ਰੋ ਦਾ ਚੀਫ ਹੈ, ਫਿਰ ਰੋ ਦਾ ਸਾਬਕਾ ਚੀਫ ਹੈ। ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਵੀ ਮਹਿਕਮੇ ਰੋ ਦੇ ਅਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਹੈ, ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਅਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ। ਬਿਲਕੁਲ, ਮੈਂ ਸਮਝਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਉੱਤੇ ਡਾਂਟ ਲੱਗਣਾ ਚਾਹੀਦਾ, ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ। ਮੈਂ ਕਹਿੰਦਾ ਜੇ ਗਲ ਗਏ ਆ ਸਿੱਖ, ਉਹਨਾਂ ਨੂੰ ਉਠਾਉਣਾ ਤਾਂ ਹੈ। ਫਿਰ ਤਦੇ 15 ਤਰੀਕ ਨੂੰ ਅਸੀਂ ਇੱਕ ਵੱਡਾ ਕਾਨਫਰੰਸ ਕਰ ਰਹੇ ਹਾਂ ਇੱਥੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰਾਗੜ੍ਹੀ ਗੁਰਦੁਆਰੇ ਦੇ ਵਿੱਚ, ਅਤੇ ਤੁਹਾਨੂੰ ਇਨਵਾਈਟ ਕਰਦਾ ਹੈ ਕਿ ਉੱਥੇ ਅਸੀਂ ਗੱਲ ਕਰਾਂਗੇ ਕਿ ਸਿੱਖ ਕਿਵੇਂ ਹਿੰਦੁਸਤਾਨ ਦੇ ਵਿੱਚ ਜੂ ਸਕਦੇ ਹੈ। ਜਦੋਂ ਤੁਸੀਂ ਉਹਨਾਂ ਦਾ ਧਰਮ ਖਤਮ ਕਰਤਾ, ਜਦੋਂ ਉਹਨਾਂ ਦੇ ਇਲੈਕਸ਼ਨ ਤੁਸੀਂ ਖਤਮ ਕਰਤੇ, ਜਦੋਂ ਚੋਣਵੇਂ ਬੰਦੇ ਉਹਨਾਂ ਦੇ ਮਾਰਦੇ ਹੋ ਤੁਸੀਂ ਅਮਰੀਕਾ 'ਚ, ਕੈਨੇਡਾ 'ਚ, ਵਲੈਤ 'ਚ, ਪਾਕਿਸਤਾਨ ਦੇ ਵਿੱਚ, ਪਾਕਿਸਤਾਨ 'ਤੇ ਦੋਸ਼ ਲਾਉਂਦੇ ਹੋ ਤੁਸੀਂ, ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦੇ ਹੋ, ਪਰ ਤੁਸੀਂ ਪਾਕਿਸਤਾਨ 'ਚ ਵੜ ਕੇ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਦੇ ਹੋ, ਫਿਰ ਰੋਡੇ ਨੂੰ ਮਾਰਦੇ ਹੋ, ਕੀ ਫਰਕ ਕੀ ਹੈ ਤੁਹਾਡੇ ਅਤੇ ਪਾਕਿਸਤਾਨ ਦੇ ਵਿੱਚ? ਹਾਂਜੀ, ਫਿਰ ਜੀ 30-30 ਸਾਲਾਂ ਦੇ ਬੰਦੇ ਬੈਠੇ ਹੈ ਜੇਲ੍ਹ ਦੇ ਵਿੱਚ। ਜੇ ਆਪਾਂ ਨੇ ਗੱਲ ਕਰਨੀ ਹੈ, ਮੈਂ ਭੁੱਲ ਗਿਆ ਸੀ, ਸੋਰੀ, ਤੁਸੀਂ ਯਾਦ ਕਰਾਤੀ ਹੈ ਕਿ 30-30 ਸਾਲ ਤੋਂ ਕਿਵੇਂ ਇਹ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨੇ ਦੇਖਿਆ ਨਹੀਂ ਕਿ 30-30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ, ਅਤੇ ਜਿਹੜੇ ਜਿਨ੍ਹਾਂ ਨੇ ਮੁਸਲਮਾਨ ਅਤੇ ਬੀਬੀ ਬਾਣੋ ਨੂੰ ਬੇਇੱਜ਼ਤ ਕੀਤਾ ਸੀ, ਉਹਨਾਂ ਨੂੰ ਉਮਰ ਕੈਦ ਮਿਲੀ ਸੀ, ਉਹਨਾਂ ਨੂੰ ਤਾਂ ਪੇਰੋਲ ਦੇ ਕੇ ਬਾਹਰ ਕੱਢਤਾ। ਹੁਣ ਪੇਰੋਲ ਦੇ ਕੇ ਆਹ ਸਰਸੇ ਵਾਲੇ ਸਾਧ ਬਾਹਰ ਬੈਠਾ ਹੈ। ਇਸੇ ਤਰ੍ਹਾਂ ਮੈਡੀਕਲ ਟ੍ਰੀਟਮੈਂਟ ਦੇ ਲਈ ਉਹ ਬਾਬਾ ਬਾਹਰ ਕੱਢਤਾ ਰਾਜਸਥਾਨ ਸਰਕਾਰ ਨੇ। ਮੇਰਾ ਮਤਲਬ ਜਿਹੜੇ ਜਬਰ ਜਨਾਹ ਕਰਦੇ ਹੈ ਉਹਨਾਂ ਨੂੰ ਪੇਰੋਲ ਦੇ ਦਿੰਦੇ ਹੈ। ਅਤੇ ਸਭ ਤੋਂ ਮਾੜੀ ਕਲੰਕਿਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ। ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ? ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ? ਕਿਉਂ ਕਰਕੇ ਹਿੰਦੁੱਤਵਾ ਦੇ ਵਿੱਚ
ਉਹ ਪ੍ਰਾਈਮ ਮਿਨਿਸਟਰ ਹੈ ਅਤੇ ਇਹ ਸਮਝਦੇ ਹੈ ਕਿ ਬੀਬੀ ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾ ਵਸਾਓ, ਇਹ ਜੁਰਮ ਹੀ ਨਹੀਂ ਹੈ, ਬਾਕੀ ਦੇ ਸਾਰੇ ਜੁਰਮ ਹੈਗੇ ਹੈ, ਪਰ ਉਹ ਬੀਬੀ ਨੂੰ ਨਾ ਵਸਾਉਣਾ ਇਹ ਜੁਰਮ ਹੀ ਨਹੀਂ ਹੈ, ਇਹ ਕਿੱਥੋਂ ਦੀ ਗੱਲ ਹੈ।